ਅੰਮ੍ਰਿਤਸਰ ਵਿਖੇ ਨਾਰਕੋਟਿਕ ਵਿਭਾਗ ਨੇ ਸਮਗਲਰ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਸਮਗਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਆਰੋਪੀ ਤੇ ਪਹਿਲਾਂ 8 ਮਾਮਲੇ ਦਰਜ ਨੇ ਤੇ ਕੁਝ ਦਿਨ ਪਹਿਲਾਂ ਇਸ ਨੇ ਪੁਲਿਸ ਦੇ ਉੱਤੇ ਵੀ ਫਾਇਰਿੰਗ ਕੀਤੀ ਸੀ। ਪੁਲਿਸ ਮੁਤਾਬਕ ਲੁੱਟਖੋਹ ਦੀਆਂ ਵਾਰਦਾਤਾਂ ਦੇ ਨਾਲ ਨਾਲ ਇਹ ਹੈਰੋਇਨ ਵੀ ਸਪਲਾਈ ਕਰਦਾ ਸੀ ਤੇ ਉਹਨਾਂ ਦੇ ਨਾਂ ਵੀ ਇਸ ਨੇ ਦੱਸੇ ਨੇ ਜਿਨ੍ਹਾਂ ਨੂੰ ਹੈਰੋਇਨ ਭੇਜਦਾ ਜਾਂ ਉਹਨਾਂ ਤੋਂ ਖਰੀਦਦਾ ਸੀ। ਫਿਲਹਾਲ ਉਹਨਾਂ ਆਰੋਪੀਆਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਭਰੋਸਾ ਦਿੱਤਾ ਹੈ। ਇਹ 5 ਜਣੇ ਨਸ਼ੀਲਾ ਸਮਾਨ ਲੈ ਕੇ ਅਤੇ ਅਨਗੜ੍ਹ ਏਰੀਏ 'ਚ ਵੇਚਣ ਵਾਸਤੇ ਜਾ ਰਹੇ ਔਰ ਇਹਨਾਂ ਕੋਲ ਵੈਪਨ ਵੀ ਨੇ ਔਰ ਪੁਲਿਸ ਪਾਰਟੀ ਨੇ ਸਰਦਾਰ ਅਮਰੀਕ ਸਿੰਘ ਨੇ ਗੇਟ ਘੀਮਾ ਥਾਣੇ ਦੇ ਬਾਹਰ ਨਾਕਾ ਲਗਾਇਆ ਸੀ। ਜਦੋਂ ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ, ਜਿਹਦੇ ਨਾਲ ਗੋਲੀਆਂ ਚਲਾ ਕੇ ਧੜਾਧੜ ਗੋਲੀਆਂ ਚਲਾ ਕੇ ਉੱਥੋਂ ਭੱਜ ਗਏ ਗੱਡੀ ਸਮੇਤ। ਪੁਲਿਸ ਨੇ ਪਿੱਛਾ ਕੀਤਾ, ਅਲਟੀਮੇਟਲੀ ਰਸ਼ ਹੋਣ ਕਰਕੇ ਗੱਡੀ ਛੱਡ ਕੇ ਅਤੇ ਆਪ ਸਾਰੇ ਜਣੇ ਭੱਜ ਗਏ। ਗੱਡੀ ਦੀ ਤਲਾਸ਼ੀ ਲੈਣ ਦੇ ਗੱਡੀ ਦੇ ਵਿੱਚੋਂ 450 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਪਿਸਟਲ, 4 ਰਾਊਂਡ ਜਿੰਦਾ ਰਾਊਂਡ ਅਤੇ ਇੱਕ ਮੈਗਜ਼ੀਨ ਗੱਡੀ 'ਚੋਂ ਬਰਾਮਦ ਹੋਏ ਸੀ। ਇਸ ਮੁਕੱਦਮੇ ਦੇ ਇਲਾਵਾ 8 ਹੋਰ ਅਲੱਗ ਅਲੱਗ ਮੁਕੱਦਮਿਆਂ 'ਚ ਕੋਰਟ ਦਾ ਅਤੇ ਪੁਲਿਸ ਦਾ PO ਹੈ ਔਰ ਇੱਕ ਕੇਸ ਇਹਨੂੰ 5 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ। ਐਕਟਿਵਾ ਦੀ ਤਲਾਸ਼ੀ ਲੈਣ ਦੇ ਵਿੱਚੋਂ ਕੰਡਾ, ਹੀਰੋਨ ਦਾ ਪੈਕਿੰਗ ਦਾ ਸਮਾਨ, ਨਗ ਬਣਾਉਣ ਦਾ ਸਮਾਨ, ਇਹ ਸਾਰਾ ਕੁਛ ਇਹਦੇ ਕੋਲੋਂ ਬਰਾਮਦ ਹੋਇਆ ਔਰ ਅਸੀਂ ਇਹਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਸੀਗੇ। ਅੱਜ ਇਹਨੂੰ ਕੋਰਟ 'ਚ ਪੇਸ਼ ਕਰਕੇ ਅਤੇ ਮੋਸਟ ਪ੍ਰੋਬਬਲੀ ਜੁਡੀਸ਼ਲ ਭੇਜ ਦੇਣ।